ਪੰਜਾਬੀ ਜਗਤ ਦੇ ਹੈਂਡਸਮ ਹੰਕ, ਮੇਰਾ ਮਤਲਬ ਗੈਰੀ ਸੰਧੂ, ਜਿਨ੍ਹਾਂ ਦੀ ਹਰ ਇੱਕ ਅਦਾ ਲੋਕਾਂ ਨੂੰ ਕਬੂਲ ਹੈ, ਚਾਹੇ ਉਹ ਗਾਉਣ ਦਾ ਸਟਾਈਲ ਹੋਵੇ ਜਾਂ ਫਿਰ ਉਹਨਾਂ ਦਾ ਪਹਿਰਾਵਾ। ਸਾਹਾਂ ਤੋਂ ਪਿਆਰਿਆ ਗਾਣੇ ਤੋਂ ਲੈ ਕੇ ਦੁਆਬੇ ਵਾਲਾ ਜੱਟ ਗਾਣੇ ਤੱਕ ਉਹਨਾਂ ਨੇ ਆਪਣੇ ਫੈਨਸ ਨੂੰ ਕਦੇ ਵੀ ਨਿਰਾਸ਼ ਹੋਣ ਦਾ ਮੌਕਾ ਨਹੀਂ ਦਿੱਤਾ। ਗੈਰੀ ਸੰਧੂ ਇੱਕ ਅੱਛੀ ਆਵਾਜ਼ ਦੇ ਮਾਲਕ ਹੋਣ ਦੇ ਨਾਲ ਨਾਲ ਇੱਕ ਅੱਛੀ ਕਲਮ ਦੇ ਮਾਲਕ ਵੀ ਨੇ। ਉਹਨਾਂ ਨੇ ਪੰਜਾਬ ਦੇ ਨਾਲ ਨਾਲ ਦਿੱਲੀ, ਬੰਬੇ ਅਤੇ ਹੋਰ ਸ਼ਹਿਰਾਂ ਦੇ ਲੋਕਾਂ ਦਾ ਦਿਲ ਵੀ ਜਿੱਤ ਲਿਆ ਹੈ। ਉਹਨਾਂ ਦਾ ਯੇ ਬੇਬੀ ਗਾਣਾ ਹੁਣ ਬਾਲੀਵੁੱਡ ਵਿੱਚ ਵੀ ਧੁੰਮਾਂ ਪਾਏਗਾ। ਹਾਂਜੀ, ਸਹੀ ਸਮਝੇ, ਅਜੇ ਦੇਵਗਨ ਦੀ ਆ ਰਹੀ ਫਿਲਮ ਦੇ ਦੇ ਪਿਆਰ ਦੇ ਵਿੱਚ ਗੈਰੀ ਸੰਧੂ ਦਾ ਯੇ ਬੇਬੀ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਦੇ ਹੁਣ ਤੱਕ ਦੇ ਵਿਊਜ਼ 138 ਮਿਲੀਅਨ ਦੇ ਕਰੀਬ ਹਨ। ਹੁਣ ਦੇਖਦੇ ਹਾਂ ਇਹ ਗਾਣਾ ਕਿੱਥੋਂ ਤੱਕ ਉਡਾਰੀ ਮਾਰਦਾ ਹੈ। ਗੈਰੀ ਸੰਧੂ ਦੇ ਫੈਨ ਸਾਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸੋ ਕਿ ਇਹ ਗਾਣਾ ਉਹਨਾਂ ਨੂੰ ਕਿੰਨਾ ਕੁ ਵਧੀਆ ਲੱਗਦਾ ਹੈ।